ਤਿੰਨ ਵਾਰ ਰਿਫਿਊਜ਼, 3 ਸਾਲ ਦਾ ਗੈਪ ਅਤੇ ਇੱਕ ਮੋਡਿਊਲ 'ਚੋਂ 5.5 ਅਜ਼ ਵੀਜ਼ਾ ਆਇਆ। ਮੇਰੇ ਨਾਲ ਨੇ ਰੂਹੀ ਗਿੱਲ, ਆਦਮਪੁਰ ਜਲੰਧਰ ਤੋਂ। ਪਹਿਲਾਂ ਤਾਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਇਹਨਾਂ ਦੇ ਵੀਜ਼ੇ ਦੀਆਂ, ਇਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਬਹੁਤ ਮੁਬਾਰਕ ਇਹਨਾਂ ਦੇ ਵੀਜ਼ੇ ਦੀਆਂ। ਰੂਹੀ, ਦੱਸਿਓ ਤੁਹਾਡੀ ਕੀ ਪ੍ਰੋਫਾਈਲ ਸੀਗੀ ਅਤੇ ਕੀ ਤੁਹਾਡਾ ਐਕਸਪੀਰੀਅੰਸ ਸੀਗਾ ਯੂ ਵੱਲੋਂ ਨਾਲ? ਸਰ, ਮੇਰਾ 2020 ਦੇ ਵਿੱਚ +2 ਕੰਪਲੀਟ ਸੀ, ਐਂਡ ਉਸ ਤੋਂ ਬਾਅਦ ਮਤਲਬ ਕਾਫੀ ਵਾਰ ਅਸੀਂ ਟਰਾਈ ਕੀਤਾ ਬਟ ਅਸੀਂ ਪੂਰੇ ਸੈਟਿਸਫਾਈਡ ਨਹੀਂ ਸੀ, ਐਂਡ ਮੇਰੀਆਂ 3 ਰਿਫਿਊਜ਼ਲ ਸੀਗੀਆਂ, ਐਂਡ ਉਸ ਤੋਂ ਬਾਅਦ ਹੁਣ ਵੀਜ਼ਾ ਲੱਗਾ ਐਂਡ ਆਈ ਐਮ ਸੋ ਹੈਪੀ, ਐਂਡ ਬਹੁਤ ਬਹੁਤ ਥੈਂਕ ਯੂ ਤੁਹਾਡਾ ਕਿ ਤੁਹਾਡੇ ਲਈ ਐਜ਼ ਅ ਬਲੈਸਿੰਗ ਤੁਸੀਂ ਸਾਡੇ ਲਈ ਕੰਮ ਕੀਤਾ। ਸੋ ਬਹੁਤ ਬਹੁਤ ਤੁਹਾਡਾ ਥੈਂਕ ਯੂ ਕਰਦੇ ਹਾਂ। ਐਂਡ 3 ਈਅਰਸ ਦਾ ਗੈਪ ਸੀਗਾ, ਕੋਈ ਫੇਕ ਡਾਕੂਮੈਂਟ ਨਹੀਂ ਲੱਗਾ ਉਹਦੇ ਵਿੱਚ, ਐਂਡ ਬਹੁਤ ਬਹੁਤ ਉਹਦੇ ਲਈ ਵੀ ਤੁਹਾਡਾ ਥੈਂਕ ਯੂ ਕਰਦੇ ਕਿ ਬਹੁਤ ਓਰੀਜਨਲ ਐਂਡ ਨੈਚੁਰਲ ਪ੍ਰੋਸੈਸ ਸੀਗਾ, ਬਹੁਤ ਸਮੂਥ ਸੀ, ਐਂਡ ਸਟਾਫ ਵੀ ਬਹੁਤ ਕੋਆਪਰੇਟਿਵ ਸੀ। ਥੈਂਕ ਯੂ ਸੋ ਮਚ। ਫਾਈਲ ਤੁਹਾਡੇ ਸਾਹਮਣੇ ਬੈਠ ਕੇ ਲੱਗੀ ਸੀਗੀ? ਹਾਂਜੀ ਹਾਂਜੀ, ਬਿਲਕੁਲ ਸਾਹਮਣੇ ਬੈਠ ਕੇ ਲੱਗੀ ਸੀ, ਉਹ ਸਾਰੀ ਮੈਂ ਖੁਦ ਰੀਡ ਕੀਤੀ ਸੀ। ਸੋ ਉਹਦੇ ਵਿੱਚ ਵੀ ਮਤਲਬ ਕੋਈ ਇੱਦਾਂ ਦਾ ਪ੍ਰੋਸੈਸ ਨਹੀਂ ਸੀ ਕਿ ਹਾਂ ਜਿਹਦੇ 'ਚ ਮੈਂ ਨਹੀਂ ਸੈਟਿਸਫਾਈ ਸੀ, ਬਹੁਤ ਓਰੀਜਨਲ ਐਂਡ ਬਹੁਤ ਵਧੀਆ ਸੀ ਸਾਰਾ ਪ੍ਰੋਸੈਸ। ਠੀਕ ਹੈ ਜੀ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਜਿਨ੍ਹਾਂ ਨੇ ਹਾਲੇ ਤੱਕ ਯੂਐਲ ਐਜੂਕੇਸ਼ਨ ਬਾਰ ਆਉਣ ਬਾਰੇ ਨਹੀਂ ਸੋਚਿਆ ਤੇ ਹਾਲੇ ਤੱਕ ਆਪਣੀ ਫਾਈਲ ਪ੍ਰੋਸੈਸ ਨਹੀਂ ਕਰਵਾਈ? ਆਈ ਰਿਕਮੈਂਡ ਯੂ ਟੂ ਆਲ ਟੂ ਵਿਜ਼ਿਟ ਯੂਐਲ ਐਜੂਕੇਸ਼ਨ, ਬਿਕੋਜ਼ ਇੱਥੇ ਦਾ ਪ੍ਰੋਸੈਸ ਐਂਡ ਸਟਾਫ ਬਹੁਤ ਕੋਆਪਰੇਟਿਵ ਆ, ਐਂਡ ਆਈ ਹਾਈਲੀ ਰਿਕਮੈਂਡ ਯੂ ਟੂ ਆਲ ਟੂ ਵਿਜ਼ਿਟ ਹੇਅਰ। ਠੀਕ ਹੈ ਜੀ, ਧੰਨਵਾਦ। ਥੈਂਕ ਯੂ। ਜੇ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ 1 ਮੋਡਿਊਲ 'ਚੋਂ, 2 ਮੋਡਿਊਲ 'ਚੋਂ, 3 ਮੋਡਿਊਲ 'ਚੋਂ, 5.5 ਨਹੀਂ, ਤੁਹਾਡਾ ਕਿੰਨਾ ਵੀ ਗੈਪ ਹੈ, ਤੁਸੀਂ ਕਿੰਨੀ ਵਾਰ ਰਿਫਿਊਜ਼ ਹੋ ਚੁੱਕੇ ਹੋ ਪਹਿਲਾਂ, ਤੁਹਾਨੂੰ ਡਰਨ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ, ਸਿਰਫ ਤੁਸੀਂ ਯੂਐਲ ਐਜੂਕੇਸ਼ਨ ਆਉਣਾ, ਸਾਡੇ 'ਤੇ ਵਿਸ਼ਵਾਸ ਕਰਨਾ, ਤੁਹਾਨੂੰ ਜ਼ਰੂਰ ਵੀਜ਼ਾ ਮਿਲੂਗਾ। ਧੰਨਵਾਦ।